ਪੰਜਾਬੀ ਸੱਭਿਆਚਾਰ ਨੂੰ ਪਰਣਾਈ ਸਾਡੀ ਛੋਟੀ ਭੈਣ ਲਾਚੀ ਬਾਬਾ ਜਿਹੜੇ ਇਸ ਦੁਨੀਆਂ 'ਚ ਨਹੀਂ ਰਹੇ, ਅੱਜ ਉਹਨਾਂ ਦੀ ਅੰਤਿਮ ਅਰਦਾਸ ਸੀ। ਮੈਂ ਨੌਰਥ ਜੋਨ ਫਿਲਮ ਐਂਡ ਟੀ ਵੀ ਆਰਟਿਸਟ ਐਸੋਸੀਏਸ਼ਨ ਵੱਲੋਂ ਹਾਜ਼ਰੀ ਲਾਉਣ ਲਈ ਇੱਥੇ ਪਹੁੰਚਿਆ। ਸੱਚੀ ਮੁੱਚੀ ਇਹ ਸਾਡੇ ਸੱਭਿਆਚਾਰ ਦੀਆਂ ਬੰਦਗੀਆਂ ਦੇ ਵਿੱਚ ਇੱਕ ਬਹੁਤ ਵੱਡਾ ਘੱਟ ਹੈ ਸਾਡੇ ਹਲਕਿਆਂ ਦੇ ਵਿੱਚ, ਕਿਉਂਕਿ ਜਿਹੋ ਜਿਹੀ ਕਲਾਕਾਰ ਲਾਚੀ ਹੋਰੀ ਸੀ, ਇਹੋ ਜਿਹੇ ਕਲਾਕਾਰ ਵੈਸੇ ਦੁਨੀਆ 'ਚ ਬਹੁਤ ਥੋੜ੍ਹੇ ਨੇ। ਜਿੱਥੇ ਅੱਜ ਸੱਭਿਆਚਾਰ ਦੇ ਨਾਂ 'ਤੇ ਬਹੁਤ ਬੜੀ ਹਨੇਰੀ ਚੱਲਦੀ ਹੈ, ਉੱਥੇ ਇਹੋ ਜਿਹੇ ਕਲਾਕਾਰਾਂ ਦਾ ਸਮਾਜ ਦੇ ਵਿੱਚ ਹੋਣਾ ਮੈਂ ਸਮਝਦਾ ਹਾਂ ਕਿ ਸਾਡੇ ਸੱਭਿਆਚਾਰ ਲਈ ਬਹੁਤ ਜ਼ਰੂਰੀ ਹੈ, ਜਿਹੜਾ ਸਾਡੀ ਬੋਲੀ ਨੂੰ ਸਾਡੇ ਕਲਚਰ ਨੂੰ ਬੜੇ ਦੂਰ ਤੱਕ ਲੈ ਕੇ ਜਾਂਦੇ ਨੇ, ਅਤੇ ਸਾਡੀ ਆਉਣ ਵਾਲੀ ਜਨਰੇਸ਼ਨਾਂ ਜਿਹੜੇ ਦੱਸਦੇ ਨੇ ਕਿ ਸਾਡਾ ਅਸਲੀ ਸੱਭਿਆਚਾਰ ਅਸਲੀ ਕਲਚਰ ਕੀ ਸੀ। ਇਹ ਦੱਸੋ ਵੀ ਇਹ ਹੁਣ ਕਿਹੜੀ ਬੜੀ ਦੁੱਖ ਹੈ ਦੀ ਵਾਲੀ ਗੱਲ ਹੈ, ਜਦੋਂ ਚੰਗਾ ਭਲਾ ਕਲਾਕਾਰ ਕੋ ਤੁਰਦੇ ਨੇ ਤਾਂ ਦੇਖੋ ਉਸ ਬੱਚੀ ਦਾ, ਮੈਂ ਕਹਿੰਦਾ ਵੀ ਦੇਖੋ ਇਹ ਨਿਕਲਣ ਵੀ ਮਾਂ ਵਾਲਾ ਪਿਆਰ ਬੱਚਿਆਂ ਨੂੰ ਵੀ ਨਹੀਂ ਮਿਲਦਾ, ਅਤੇ ਜਿਹੜੀ ਕਲਾ ਹੈ ਨਾ ਉਹ ਜਿਹੜੀ ਉਹ ਖਤਮ ਨਹੀਂ ਹੁੰਦੀ ਹੁੰਦੀ, ਉਹ ਸਦਾ ਜ਼ਿੰਦਾ ਹੁੰਦੇ ਨੇ। ਜਦੋਂ ਵੀ ਕੋਈ ਉਹਨਾਂ ਦੀ ਆਵਾਜ਼ ਜਾਂ ਕੋਈ ਸੁਣਨਗੇ ਲੋਕ ਉਦੋਂ ਹੀ ਜ਼ਿੰਦਾ ਨੇ ਉਹ। ਅੱਜ ਕੱਲ੍ਹ ਲੋਕ ਇਹਨਾਂ ਦਾ ਹੋਇਆ ਨਹੀਂ ਪੂਰਾ ਹੁੰਦਾ ਹੁੰਦਾ, ਜਿਵੇਂ ਹੁਣ ਮੇਰਾ ਭਰਾ ਜਿਹੜਾ ਤੁਰ ਗਿਆ ਅਤੇ ਹੁਣ ਉਹ ਪ੍ਰੋਗਰਾਮ ਨਹੀਂ ਜਾਂਦਾ ਮੈਂ। ਸੋ ਇਸ ਵਾਸਤੇ ਕਿ ਜਾਂ ਉਹਨਾਂ ਦਾ ਜੋੜ ਸੀਗਾ ਬਣਿਆ ਲੜਕੀ ਦੇ ਨਾਲ ਛੋਟੀ ਨਾਲ ਮਲੇਰੀਆ ਨਾਲ, ਤਾਂ ਚਲੋ ਤਿੰਨੇ ਜਾਂਦੇ, ਆਗੂ ਉਹ ਲੱਗੀ ਹੁੰਦੀ ਸੀ। ਅਤੇ ਜਦੋਂ ਇਹੋ ਜਿਹਾ ਜੀਵ 'ਚ ਤੁਰ ਜਾਣ ਤਾਂ ਕੋਈ ਨਾ ਕੋਈ ਚੰਗੇ ਭਲੇ ਲੋਕ ਤਾਂ ਬੋਲ ਤੋਂ ਵਾਹੁੰਦੇ ਨਾ, ਅਤੇ ਜੇ ਉਹਨਾਂ ਨੂੰ ਉਹ ਦੂਸਰਾ ਮਿਲ ਜਾਏ ਉਹਨੂੰ ਹੋਰ ਪਾਸੇ ਲਈ ਜਾਣਾ, ਜਿਹੜਾ ਉੱਤੇ ਵਗਣ ਵਾਲਾ ਨਾ ਉਹ ਉੱਤੇ ਹੀ ਸੋਹਣਾ ਲੱਗਦਾ, ਜੇ ਥੱਲੇ ਵਗੋ ਮਤਲਬ ਤਾਂ ਲੈ ਜਾਏਗਾ, ਇਹ ਜੋੜ ਮੁੜ ਕੇ ਬਣਦੇ ਨਹੀਂ। ਸੋ ਇਸ ਵਾਸਤੇ ਜਿਹੜੇ ਉਹਨਾਂ ਨੇ ਪ੍ਰੋਗਰਾਮ ਕੀਤੇ ਨੇ ਜਾਂ ਇਹਨੂੰ ਕਹਿੰਦੇ ਨੇ ਵੀ ਇਹ ਆਵਾਜ਼ ਜਿਹੜੀ ਸੀ ਬਹੁਤ ਸਰੀਲੀ ਸੀ, ਬਹੁਤ ਅੱਛੀ ਗਾਉਂਦੀ ਸੀ ਬੱਚੀ, ਜਦੋਂ ਕਿਤੇ ਮਿਲਣਾ ਮੈਨੂੰ ਕਹਿੰਦੇ ਬਾਬਾ ਜੀ ਤੁਹਾਨੂੰ ਵੇਖ ਵੇਖ ਕੇ ਅਸੀਂ ਤੁਹਾਡੇ ਕੋਈ ਸਿੱਖ ਬਹੁਤ ਲੈ ਕੇ। ਇੱਕ ਮਹਾਨ ਸਿੰਗਰ ਗਾਇਕ ਜਿਹੜੇ ਕੀ ਗਾਣਾ ਚਾਹੁੰਦੇ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਲੋਕ ਗਾਇਕੀ ਫੋਕ ਗਾਇਕੀ ਦੀ ਇੱਕ ਮਹਾਨ ਹਸਤੀ ਲਾਚੀ ਬਾਬਾ ਜੀ ਸਾਡੇ ਤੋਂ ਵਿਛੜ ਚੁੱਕੇ ਨੇ, ਅੱਜ ਉਹਨਾਂ ਦਾ ਭੋਗ ਹੈ ਔਰ ਇਹ ਬੜੀ ਵਾਕਿਆ ਹੀ ਦੁੱਖਦਾਈ ਹੈ, ਔਰ ਅੱਜ ਵੀ ਬਿਲੀਵ ਨਹੀਂ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਸ ਵਾਕਿਆ ਇੱਥੋਂ ਚਲੇ ਗਏ ਨੇ, ਔਰ ਉਹਨਾਂ ਦੇ ਜਾਣ ਨਾਲ ਸੁਰ ਸੰਗੀਤ ਜਗਤ ਦੇ ਵਿੱਚ ਨਾ ਇਹ ਬਹੁਤ ਵੱਡਾ ਇੱਕ ਘਾਟਾ ਪਿਆ ਪੰਜਾਬੀਅਤ ਨੂੰ, ਕਿਉਂਕਿ ਅੱਗੇ ਪੰਜਾਬੀ ਸਾਡੀ ਜਿਹੜੀ ਫੋਕ ਦੀ ਬਾਂਹ ਕੁਝ ਲੋਕਾਂ ਨੇ ਫੜੀ ਹੋਈ ਸੀ ਲੋਕ ਗੀਤਾਂ ਦੀ, ਅਤੇ ਉਹ ਉਹਨਾਂ 'ਚੋਂ ਮੋਢੀ ਜਿਹੜਾ ਪਰਿਵਾਰ ਸੀ ਉਹ ਬਾਬਾ ਪਰਿਵਾਰ ਸੀ, ਔਰ ਕਿਉਂਕਿ ਹੁਣ ਮਾਤਾ ਜੀ ਵੀ ਬਜ਼ੁਰਗ ਹੋ ਗਏ ਨੇ ਗੁਰਮੀਤ ਬਾਬਾ ਜੀ, ਅਤੇ ਉਹ ਇੱਕ ਵੰਸ਼ ਚੱਲਦਾ ਨਾ ਜਿਹੜਾ ਕਿ ਇੱਕ ਲੀਹ ਚੱਲਦੀ ਆ, ਉਹ ਲੀਹ ਸਾਰੀ ਲਾਚੀ ਬਾਬਾ ਜੀ ਦੇ ਸਿਰ 'ਤੇ ਸੀ, ਅਤੇ ਉਹ ਇੱਕ ਢਾਹ ਲੱਗੀ ਆ, ਕਿਉਂਕਿ ਹੁਣ ਅੱਜ ਦੇ ਸਮਾਜ 'ਚ ਜੋ ਗਾਇਕੀ ਚੱਲ ਰਹੀ ਆ ਉਹ ਅਸੀਂ ਜਿਹੜੀ ਜ਼ਿਆਦਾ ਲੱਚਰਤਾ ਵਾ ਉਹਨੂੰ ਅੱਜ ਦਾ ਕਲਚਰ ਤਾਂ ਨਹੀਂ ਕਹਿ ਸਕਦੇ, ਪਰ ਉਹਨਾਂ ਨੂੰ ਇਹਨਾਂ ਨੇ ਇੱਕ ਠੱਲ ਦੇ ਕੇ ਰੱਖੀ ਹੋਈ ਸੀ ਕਿ ਲੋਕ ਜਦੋਂ ਵੀ ਕੋਈ ਲੇਡੀ ਸੰਗੀਤ ਹੁੰਦਾ ਜਾਂ ਜਿਹੜੇ ਸੁਹਿਰਦ ਪਰਿਵਾਰ ਸੀ ਚੰਗੇ ਪਰਿਵਾਰ ਸੀ ਆਪਣੇ ਘਰਾਂ 'ਚ, ਜਦੋਂ ਵੀ ਸੰਗੀਤ ਦੇ ਨਾਂ 'ਤੇ ਕੋਈ ਜਿਹਨੂੰ ਸੱਚਾ ਸੰਗੀਤ ਕਿਹਾ ਜਾਂਦਾ ਹੈ ਅਤੇ ਉਹ ਇਸ ਪਰਿਵਾਰ ਨੂੰ ਯਾਦ ਕੀਤਾ ਜਾਂਦਾ ਸੀ ਸਾਰੇ ਪੰਜਾਬ ਹੀ ਨਹੀਂ ਬਲਕਿ ਆਲ ਓਵਰ ਵਰਲਡ ਦੇ ਵਿੱਚ, ਔਰ ਵੇਖੋ ਇਸ ਸੰਗੀਤ ਦੀ ਕਿੱਡੀ ਵੱਡੀ ਦੇਣ ਹੈ ਕਿ ਜਾਪਾਨ ਵਾਲਿਆਂ ਨੇ ਅੱਜ ਤੋਂ 10 ਸਾਲ ਪਹਿਲਾਂ ਗੁਰਮੀਤ ਬਾਬਾ ਜੀ ਦੀ ਹੇਕ ਨੂੰ ਰਿਕਾਰਡ ਕਰਕੇ ਰੱਖਿਆ ਹੋਇਆ, ਉਹਨਾਂ ਨੂੰ ਸਾਡੇ ਕਲਚਰ ਨਾਲ ਕੀ ਪਰ ਉਹਨਾਂ ਨੇ ਉਹਨਾਂ ਨੂੰ ਕਦਰ ਹੈ ਕਿ ਇਹ ਆਵਾਜ਼ ਬੜੀ ਵਿਲੱਖਣ ਹੈ, ਇਹ ਹੇਕ ਬੜੀ ਵਿਲੱਖਣ ਹੈ, ਔਰ ਇੰਨੀ ਮਰਦ ਗਾਇਕਾਂ ਵਾਲੀ ਆਵਾਜ਼ ਅਤੇ ਫੋਕ ਗੀਤ ਜਿਹੜਾ ਵਾ ਇਹ ਲੋਕਾਂ ਨੂੰ ਬਾਅਦ 'ਚ ਇਹਦਾ ਅਹਿਸਾਸ ਹੋਣਾ ਵਾ, ਅਤੇ ਉਹ ਸਮੇਂ ਨੂੰ ਕੈਸ਼ ਕਰਨ ਲਈ ਉਹਨਾਂ ਨੇ ਰੱਖਿਆ ਹੋਇਆ। ਪਰ ਅੱਜ ਲਾਚੀ ਬਾਬਾ ਜੀ ਦੇ ਇੱਥੇ ਭੋਗ 'ਤੇ
ਫਿਲਮ ਜਗਤ ਨਾਲ, ਸੰਗੀਤ ਜਗਤ ਨਾਲ ਜੁੜੀਆਂ ਸਾਰੀਆਂ ਹਸਤੀਆਂ ਤੁਹਾਡੇ ਸਾਹਮਣੇ ਆ, ਥੀਏਟਰ ਜਗਤ ਨਾਲ ਇਹ ਸਾਰੇ ਇੱਥੇ ਇਸ ਸ਼ੋਕ ਦੇ ਵਿੱਚ ਹਾਜ਼ਰ ਹੋਏ ਨੇ ਇੱਥੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ, ਨਤਮਸਤਕ ਹੋਣ ਲਈ। ਔਰ ਇਹ ਬਹੁਤ ਵੱਡਾ ਅੰਮ੍ਰਿਤਸਰ ਦੇ ਲਈ ਬਹੁਤ ਵੱਡਾ, ਬਲਕਿ ਪੰਜਾਬ ਪੂਰੇ ਸੰਗੀਤ ਅਤੇ ਪੰਜਾਬੀ ਸੰਗੀਤ ਲਈ ਬਹੁਤ ਵੱਡਾ ਘਾਟਾ ਹੈ।